ਕੁਝ ਦਿਨ ਪਹਿਲਾਂ ਨਾਭੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਜਿੱਥੇ ਇੱਕ ਵਕੀਲ ਦੀ ਸਰੇਆਮ ਕੁੱਟਮਾਰ ਕੀਤੀ ਜਾ ਰਹੀ ਹੁੰਦੀ ਹੈ ਇੱਕ ਸ਼ਖਸ ਦੇ ਵੱਲੋਂ। ਇਸ ਘਟਨਾ ਤੋਂ ਬਾਅਦ ਵਕੀਲ ਦਾ ਜਿਹੜਾ ਪਰਿਵਾਰ ਹੈ ਉਹ ਇਲਜ਼ਾਮ ਲਾਉਂਦਾ ਕਿ ਹਮਲਾਵਰ ਦੇ ਵੱਲੋਂ ਇੱਥੋਂ ਤੱਕ ਕੁੱਟਮਾਰ ਹੀ ਨਹੀਂ ਕੀਤੀ ਗਈ ਬਲਕਿ ਗੱਡੀ ਵੀ ਉਹਦੀ ਖੋ ਕੇ ਫਰਾਰ ਹੋ ਚੁੱਕਿਆ। ਤਾਂ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ, ਦੂਸਰੀ ਧਿਰ ਹੈ ਜਿਹੜੀ, ਦੂਸਰਾ ਪੱਖ ਵੀ ਸਾਹਮਣੇ ਆ ਚੁੱਕਿਆ। ਹਮਲਾਵਰ ਪੱਖ ਨੇ ਆਪਣਾ ਪੱਖ ਪੇਸ਼ ਕਰਦੇ ਹੋਏ ਦੱਸਿਆ ਕਿ ਉਹਨਾਂ ਦੀ ਜਿਹੜੀ ਯਾਰੀ ਹੈ ਉਹ 30 ਸਾਲ ਪੁਰਾਣੀ ਹੈ ਵਕੀਲ ਦੇ ਨਾਲ। ਦਰਅਸਲ 11 ਲੱਖ ਰੁਪਈਆ ਜਿਹੜਾ ਉਹ ਲਿੱਤਾ ਗਿਆ ਸੀ ਵਕੀਲ ਦੇ ਵੱਲੋਂ ਉਹਨਾਂ ਤੋਂ, ਕਿਉਂਕਿ ਉਹਨੇ 1.5 ਲੱਖ ਦੇਣਾ ਸੀ ਤਾਂ 11 ਲੱਖ ਦੀ ਜਿਹੜੀ ਗੱਡੀ ਹੈ ਉਹ ਆਪ ਲੈ ਕੇ ਬੈਠਾ ਸੀ। ਹਾਲਾਂਕਿ ਉਹ ਵਕੀਲ ਦੀ ਨਹੀਂ, ਇਸ ਸ਼ਖਸ ਦੀ ਸੀ। ਤਾਂ 1.5 ਲੱਖ ਉਸਨੇ ਮੋੜਨਾ ਸੀ ਜਿਸ ਕਰਕੇ ਉਸਨੇ ਉਹਦੀ ਗੱਡੀ 11 ਲੱਖ ਦੀ ਰੱਖ ਲਈ ਸੀ। ਅਤੇ ਜਿਹੜਾ ਹੁਣ ਇਹਦਾ ਦੋਸਤ ਹੈ ਯਾਨੀ ਕਿ ਹਮਲਾਵਰ ਹੈ ਉਸਦੇ ਵੱਲੋਂ ਦੱਸਿਆ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਵਕੀਲ ਦੇ ਵੱਲੋਂ ਉਸਨੂੰ ਤੰਗ ਪਰੇਸ਼ਾਨ ਕੀਤਾ ਗਿਆ, ਕਿਉਂਕਿ ਹੁਣ ਉਹਦੇ ਘਰ ਦੇ ਵਿੱਚ ਕੋਈ ਵੀ ਸਿਆਣਾ ਬੰਦਾ ਨਹੀਂ ਰਿਹਾ। ਉਹਦੀ ਮੌਤ ਹੋ ਚੁੱਕੀ ਹੈ ਉਸਦੇ ਮਾਪਿਆਂ ਦੀ, ਜਿਸ ਤੋਂ ਬਾਅਦ ਉਹ ਹੁਣ ਇਕੱਲਾ ਰਹਿ ਚੁੱਕਿਆ ਅਤੇ ਵਕੀਲ ਦੇ ਵੱਲੋਂ ਉਸਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਰਿਹਾ। ਅਤੇ ਉਸ ਤੋਂ ਬਾਅਦ ਜਿਹੜੀ ਗੱਡੀ ਹੈ ਉਹ ਵੀ ਵਕੀਲ ਦੇ ਵੱਲੋਂ ਖੋ ਲਈ ਗਈ। ਅਤੇ ਜਦੋਂ ਉਹ ਆਪਣੀ ਗੱਡੀ ਲੈਣ ਦੇ ਲਈ ਜਾਂਦਾ ਤਾਂ ਵਕੀਲ ਦੇ ਵੱਲੋਂ ਉਲਟਾ ਉਸਨੂੰ ਹੀ ਮਾੜਾ ਚੰਗਾ ਸੁਣਾਇਆ ਜਾਂਦਾ। ਤਾਂ ਜਿਹੜਾ ਇਹ ਪੱਖ ਹੈ ਅਣਗੌਲਿਆ ਗਿਆ ਸੀ, ਤਾਂ ਅੱਜ ਹਮਲਾਵਰ ਧਿਰ ਵੀ ਸਾਹਮਣੇ ਆਈ ਹੈ ਅਤੇ ਉਸਨੇ ਆਪਣਾ ਪੱਖ ਪੇਸ਼ ਕਰਦਿਆਂ ਹੋਇਆ ਉਲਟਾ ਵਕੀਲ 'ਤੇ ਇਲਜ਼ਾਮ ਲਾਏ ਨੇ ਕਿ ਗੱਡੀ ਤਾਂ ਹੈ ਹੀ ਇਸਦੀ ਸੀ, ਵਕੀਲ ਨੇ ਧੱਕੇ ਨਾਲ ਰੱਖੀ ਸੀ ਕਿਉਂਕਿ ਉਸਨੇ ਉਸਦੇ ਪੈਸੇ ਮੋੜਨੇ ਸੀ। ਮੇਰਾ ਨਾਂ ਬਦਲ ਕੇ ਬਾਅਦ 'ਚ ਵਿਕਰਮਜੀਤ ਰੱਖਤਾ ਸੀ। ਮੇਰੀ ਮਾਂ ਨੇ ਮੇਰੇ ਨਾਲ ਇੰਨਾ ਧੱਕਾ ਹੋ ਰਿਹਾ। ਪਹਿਲਾਂ ਯਸ਼ ਨੇ ਜਿਹੜਾ ਵਕੀਲ ਅੱਜ ਵੀਡੀਓਆਂ ਪਾ ਰਿਹਾ ਵੀ ਮੇਰਾ ਸੋਨਾ ਲੈ ਗਿਆ, ਮੈਂ ਕੋਈ ਸੋਨਾ ਨਹੀਂ ਲਿੱਤਾ, ਵੀਡੀਓਆਂ ਮੇਰੇ ਕੋਲੇ ਨੇ, ਇਹਦੇ ਕੋਈ ਸੋਨਾ ਨਹੀਂ ਪਾਇਆ ਹੋਇਆ ਸੀਗਾ, ਘਰੇ ਜਾ ਰਿਹਾ ਸੀਗਾ, ਮੈਂ ਤਾਂ ਸਿਰਫ ਇਹਨੂੰ ਪੁੱਛਿਆ ਸੀ ਮੇਰੀ ਗੱਡੀ ਦੇ ਦੇ ਵੀਰੇ, ਤੈਨੂੰ ਕਿਹਾ ਸੀ ਜਿਹੜੇ ਤੇਰੇ ਪੈਸੇ ਬਣਦੇ ਨੇ ਲੈ ਲੈ, ਮੈਂ 40,000 ਰੁਪਏ ਲਿੱਤਾ ਸੀ, ਮੇਰੀ 11.5-11.5 ਲੱਖ ਦੀ ਗੱਡੀ ਰੱਖੀ ਬੈਠਾ, ਤੇਰੀ 1.5 ਲੱਖ ਬਣਾਈ ਬੈਠਾ ਸੀ, ਮੈਂ 1.5 ਲੱਖ ਵੀ ਦੇਣ ਨੂੰ ਤਿਆਰ ਸੀ। ਫਿਰ ਮੇਰੇ ਵੀਰੇ ਗਏ, ਮੇਰੀ ਮਾਂ ਮਰ ਗਈ, ਉਹ ਤੋਂ ਬਾਅਦ ਤਾਂ ਮੈਨੂੰ ਸਹਾਰਾ ਹੀ ਨਹੀਂ ਸੀ ਕੋਈ, ਮੇਰੇ ਮਾਮਾ ਜੀ ਨੇ ਸਹਾਰਾ ਬਣਿਆ, ਮੇਰੇ ਮਾਮਾ ਜੀ ਨੂੰ ਵੀ ਝੂਠਾ ਆਖਦਾ ਹੈ, ਚੋਰ ਆਖਦਾ ਹੈ, ਗਾਲਾਂ ਕੱਢਦਾ ਹੈ ਮਾਮਾ ਭੈਣਾਂ ਦੀਆਂ, ਮੈਂ ਕਿੱਥੇ ਜਾਂਦਾ ਦੱਸੋ। ਮੈਂ ਇਸ ਪਿੰਡ ਵਾਲਿਆਂ ਕੋਲ ਗਿਆ, ਉਹਨਾਂ ਨੇ ਵੀ ਮੇਰਾ ਸਾਥ ਦਿੱਤਾ, ਕਹਿੰਦੇ ਮੇਰਾ ਛੋਟਾ ਭਰਾ ਹੈ, ਉਹਨੇ ਸੱਚਾਈ, ਕਹਿੰਦੇ ਅਸੀਂ ਸੱਚਾਈ ਦਾ ਰਾਹ ਦੱਸਾਂਗੇ। ਪਹਿਲਾਂ ਉਹ ਪਿਆਰ ਨਾਲ ਗਏ ਸਾਰੀ ਗੱਲ ਪੁੱਛਣ ਮੋਹਨ ਲਾਲ ਜੀ ਕੋਲੇ, ਮੋਹਨ ਲਾਲ ਜੀ ਨੇ ਗਾਲਾਂ ਕੱਢੀਆਂ ਮੇਰੇ ਮਾਮੇ ਨੂੰ, ਮੇਰੀ ਮਾਮੀ ਨੂੰ ਕੌਣ ਸੁਣ ਲੂਗਾ ਵੀਰੇ, ਮੇਰੀ ਮਾਮੀ ਮੇਰੀ ਮਾਂ ਸਮਾਨ ਹੈ, ਮੇਰੇ ਮਾਮਾ ਜੀ ਨੂੰ ਪਾਪਾ ਕਹਿੰਦਾ, ਠੀਕ ਹੈ। ਉਸ ਤੋਂ ਬਾਅਦ ਮੇਰਾ ਇੰਨਾ ਧੱਕਾ ਹੋਇਆ, ਮੈਨੂੰ ਕਹਿੰਦੇ ਦੁਕਾਨ ਚੋਂ ਬਾਹਰ ਨਿਕਲ ਜਾ, ਮੇਰਾ ਸੋਨਾ ਸਾਰਾ ਰੱਖ ਲਿਆ, 23-24 ਤੋਲੇ ਸੋਨਾ ਸੀਗਾ, ਸਾਰਾ ਰੱਖ ਲਿਆ। ਜਦੋਂ ਅੱਜ ਗੱਡੀ ਕੋਲ ਤੁਸੀਂ ਇਹਨੂੰ ਗਏ ਇਹਦੇ ਕੋਲ ਪੁੱਛਣ ਤੇ ਇਹਨੇ ਕੋ ਗਾਲਾਂ ਕੱਢੀਆਂ, ਕੀ ਗੱਲ ਵੀਰ ਜੀ? ਅਸੀਂ ਸਿਰਫ ਗੱਲ ਕਰਨ ਗਏ ਸੀਗੇ ਵੀ ਤੇਰੇ ਪਾਪਾ ਨੇ ਕੋਈ ਰਾਹ ਨੀ ਪਾਇਆ, ਕਹਿੰਦਾ ਇਹਨੇ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਤੇ ਤੁਸੀਂ ਛੱਡੋ ਪਰੇ, ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਇਹਨੇ ਮੈਨੂੰ, ਮੈਂ ਚਾਹੁੰਦਾ ਮੇਰੀ ਮਾਮਾ ਭੈਣਾਂ ਵੀ ਦੇਖਣ ਸਾਰੇ, ਤਾਂ ਕਰਕੇ ਮੈਂ ਗਾਲਾਂ ਨੀ ਸੁਣਾ ਸਕਦਾ। ਫਿਰ ਇਹਦੀ ਵਾਈਫ ਆ ਗਈ, ਉਹ ਕਹਿੰਦੀ ਛੱਡ ਦੋ, ਅਸੀਂ ਕਿਹਾ ਵੀ ਤੁਸੀਂ ਸਾਡੀ ਭੈਣ ਹੋ, ਸਾਡਾ ਹੱਕ ਦਵਾ ਦੋ। ਪਹਿਲਾਂ ਵੀ ਵੀਰਾ ਕਹਿ ਰਿਹਾ ਸੀਗਾ, ਗੱਡੀ ਤੇ ਤੇਰਾ ਕੇਸ ਚੱਲਦਾ ਪਹਿਲਾਂ ਵੀਰੇ, ਕੇਸ ਲਾਇਆ ਅਸੀਂ 420-509 ਦਾ। ਉਸ ਤੋਂ ਬਾਅਦ ਇਹਨੇ ਗਲਤ ਸੈਨ ਕਰਾ ਕੇ ਮੇਰੇ ਤੋਂ, ਪਹਿਲਾਂ ਦੇ ਸੈਨ ਕਰਾਏ ਹੋਏ ਸੀ, ਟੈਪ ਟੂਪ ਕਰਾ ਕੇ ਕਹਿੰਦਾ ਵੀ ਸਾਡੀ ਸੁਲਾ ਹੋ ਗਈ। ਅਸੀਂ ਹਾਈ ਕੋਰਟ ਚ ਮੇਰਾ ਮਾਮਾ ਜੀ ਲੈ ਕੇ ਗਏ, ਮੈਨੂੰ ਕਹਿੰਦੇ ਮੈਂ ਮੁੰਡੇ ਦਾ ਹੱਕ ਦਵਾਉਂਗਾ, ਤੇ ਉੱਥੇ ਵੀ ਇਹਨੇ ਮੈਨੂੰ ਝੂਠਾ ਪਾਤਾ, ਮੇਰੇ ਮੈਨੂੰ ਸਰਕਾਰ ਜਮਾਂ ਨਹੀਂ ਹੈਲਪ ਕਰ ਰਹੀ, ਉਲਟਾ ਮੇਰੇ ਤੇ ਹੀ ਚੋ। ਇੱਕ ਮਿੰਟ ਇਹ ਦੱਸ, ਉਹ ਚਿੱਟਾ ਪਿੰਦਾ
ਵੀਰੇ ਚਿੱਟੇ ਦਾ ਪੱਕਾ ਜੇ ਉਹਦਾ ਡੋਗ ਟੈਸਟ ਕਰਾ ਲੋ। ਵੇਚਦਾ ਵੀ ਹੈ ਵੀਰੇ? ਵੇਚਣ ਦਾ ਮੈਨੂੰ ਪਤਾ ਨੀ ਗਾ, ਪਰ ਕਈ ਮੁੰਡੇ ਉਹ ਤੋਂ ਲੈ ਕੇ ਆਂਦੇ ਨੇ, ਕਈ ਮੁੰਡੇ ਲੈ ਕੇ ਆਂਦੇ ਨੇ, ਨਾਮ ਲੈਂਦਾ। ਮੈਂ ਨੀ ਕਦੇ ਲੈ ਕੇ ਆਇਆ ਉਹਦੇ ਤੋਂ, ਮੈਂ ਵੀ ਝੂਠ ਬੋਲਾ ਤੁਹਾਨੂੰ, ਤੇ ਉਹਦੇ ਤੋਂ ਮੇਰਾ ਇੰਨਾ ਇੰਨਾ ਬੁਰਾ ਹਾਲ ਹੈ ਇਸ ਟਾਈਮ। ਤੈਨੂੰ ਚਿੱਟੇ ਤੇ ਕਿਹਨੇ ਲਾਇਆ? ਚਿੱਟੇ ਤੇ ਨਹੀਂ ਲਾਇਆ, ਮੈਂ ਦਾਰੂ ਪੀਂਦਾ ਸੀਗਾ, ਸਾਰੀ ਦੁਨੀਆ ਨੂੰ ਪਤਾ ਸੀ ਦਾਰੂ ਪੀਂਦਾ ਸੀ। ਤੇਰੇ ਘਰੇ ਆਂਦਾ ਜਾਂਦਾ ਸੀ ਇਹ? ਵੀਰੇ ਮੇਰੇ 30 ਸਾਲ ਦੀ ਯਾਰੀ ਹੈ ਇਹਦੇ ਨਾਲ, ਬਚਪਨ ਦਾ ਦੋਸਤ ਆ ਜੀ। ਸਾਰੀਆਂ ਯੂਨੀਵਰਸਿਟੀ ਤੱਕ ਇਹਦੇ ਕੋਲ ਪੜ੍ਹੇ ਆ, ਗੱਡੀ ਇਹਦੇ ਕੋਲ ਖੜਾਉਂਦਾ ਸੀ ਮੈਂ। ਇਹ ਤੋਂ ਪਹਿਲਾਂ 15,000 ਰੁਪਏ ਲਿੱਤਾ, ਫਿਰ 25,000 ਕਹਿੰਦਾ ਮੈਂ 38 ਤੋਂ ਲੈ ਕੇ ਦਿੰਨਾ, ਉਹਦੇ ਤੇ 29 ਫਾਰਮ ਤੇ ਸਾਈਨ ਕਰਾ ਲੇ। ਮੈਂ ਯਕੀਨ ਕਰਕੇ ਕਰਤੇ ਵੀ ਚੱਲ ਕੋਈ ਨਾ, ਮੇਰਾ ਭਾਈ ਹੈ। ਜੇ ਗੱਡੀ ਹਲੇ ਤੱਕ ਵੀ ਮੇਰੇ ਨਾਮ ਹੈ, ਗੱਡੀ ਦੇ ਲੋਨ ਤੇ ਨਾਮ ਹੈ, ਗੱਡੀ ਦੇ ਲੋਨ ਵੀ ਚੱਲਦਾ, ਗੱਡੀ ਦੇ ਲੋਨ ਚੱਲਦਾ ਵੀਰੇ। ਲੋਨ ਇਹ ਕਿਵੇਂ ਭਰ ਦੂਗਾ? ਨਾ ਮੇਰੇ ਮੇਰੇ ਨਾਂ ਤੇ ਲੋਨ ਹੈ, ਮੈਂ ਕਿਸ਼ਤਾਂ ਰੋਕਤੀ ਆ। ਮੇਰਾ ਸਾਥ ਪਿੰਡ ਵਾਲਿਆਂ ਨੇ ਦਿੱਤਾ। ਗੱਡੀ ਦੇ ਪੈਸੇ ਕਿੰਨੇ ਦਿੱਤੇ ਨੇ ਹਲੇ ਤੱਕ? ਵੀਰੇ ਮੈਨੂੰ ਹਲੇ ਤੱਕ 40,000 ਰੁਪਏ ਦਿੱਤਾ, ਬਾਕੀ ਥੋੜੇ ਬਹੁਤੇ ਮੈਂ ਦੇਖੋ ਲਿੰਦਾ ਵੀ ਰਿਹਾ ਖਰਚੇ ਵਾਸਤੇ, ਕਦੇ 1500 ਲੈ ਲਿਆ, ਕਦੇ 500 ਲੈ ਲਿਆ, ਕਦੇ 2 ਲੱਖ। ਕਿੰਨੇ ਪੈਸੇ ਲੈ ਲੈ ਵੀਰੇ? ਆਈਡੀਆ 50,00,000 ਰੁਪਏ ਲੈ ਲਿਆ ਹੋਣਾ, ਚਲੋ ਲੱਖ ਮੰਨ ਲਓ, ਮੈਂ ਲੱਖ ਵੀ ਦੇਣ ਨੂੰ ਤਿਆਰ। ਅਸੀਂ 1.5 ਲੱਖ ਦੇ ਘਰੇ ਲੈ ਕੇ ਗਏ ਸੀ, ਇਹਨਾਂ ਨੇ 50,000 ਰੁਪਏ ਰੱਖ ਲਿਆ, ਤੇ ਉਹ ਤੋਂ ਬਾਅਦ ਬਾਕੀ ਪੈਸੇ ਮੇਰੇ ਮਾਮੇ ਦੇ ਮੂੰਹ ਤੇ ਮਾਰੇ, ਨਾਲੇ ਮੇਰੇ ਮਾਮਾ ਜੀ ਦੀ ਬੇਇੱਜ਼ਤੀ ਕੀਤੀ। ਆਪਣੀ ਗੱਡੀ ਲੈ ਆਇਆ ਇਹਨਾਂ ਤੋਂ? ਵੀਰੇ ਮੈਂ ਆਪਣੀ ਗੱਡੀ ਲੈ ਕੇ ਆਣੀ ਸੀਗੀ, ਮੈਨੂੰ ਐ ਦੱਸੋ ਮੈਂ ਗਲਤ ਕੀ ਕੀਤਾ? ਗੱਡੀ ਦਾ ਨਾਸ ਮਾਰਤਾ, ਗੱਡੀ ਤੁਰਦੀ ਵੀ ਨੀ, ਗੱਡੀ ਤੁਰਦੀ ਵੀ ਨੀਗੀ, ਨਾਸ ਮਾਰਤਾ। ਬੈਂਕ ਵਾਲੇ ਤੰਗ ਕਰਦੇ ਸੀ ਵੀਰੇ, ਬੈਂਕ ਵਾਲੇ ਤੰਗ ਕਰਦੇ ਸੀ, ਤਾਂ ਹੀ ਤਾਂ ਗੱਡੀ ਲੈਣ ਆਏ ਨੀ, ਮੈਨੂੰ ਕੀ ਲੋੜ ਸੀ, ਮੈਂ ਤਾਂ ਸਕੂਟਰੀ ਤੇ ਠੀਕ ਆ। ਗੱਲ ਹੋਰ ਸੱਚੀ ਸੱਚੀ ਦੱਸ, ਹਾਂਜੀ, ਜਦ ਅੱਜ ਲੜਾਈ ਹੋਈ ਹੈ ਇਹਦੇ ਕੁਝ ਸੋਨਾ ਪਾਇਆ ਹੋਇਆ ਸੀ? ਵੀਰੇ ਤੁਸੀਂ ਵੀਡੀਓ ਦੇਖ ਲਿਓ, ਮੈਂ ਵੀਡੀਓ ਬਣਵਾਈਆਂ ਨੇ, ਮੇਰੇ ਭਾਈ ਨਾਲ ਖੜਾ ਸੀਗਾ, ਉਹਨੇ ਵੀਡੀਓ ਬਣਾਈਆਂ ਨੇ। ਮੈਂ ਪਹਿਲਾਂ ਗਿਆ ਸੀ, ਲੱਤ ਨਾ ਤੋੜੀ, ਇਹਨੇ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ, ਤੁਸੀਂ ਸੋਚ ਨੀ ਸਕਦੇ, ਮੈਂ ਕੱਢ ਨੀ ਸਕਦਾ, ਮਾਮੇ ਭੈਣਾਂ ਵੀ ਦੇਖਣਗੀਆਂ ਤੈਨੂੰ, ਤਾਂ ਕਰਕੇ ਇਹਨੂੰ ਜ਼ਬਰਦਸਤੀ ਤੋੜਨੀਆਂ ਪਈਆਂ। ਪਹਿਲਾਂ ਜਦ ਇਹਦੀ ਦੁਕਾਨ ਤੇ ਗਿਆ ਤੈਨੂੰ ਧਮਕੀ ਦਿੱਤੀ ਸੀ ਵੀਰੇ? ਹਾਂ, ਇਹਦੇ ਪਾਪਾ ਨੇ ਮੈਨੂੰ ਧਮਕੀ ਦਿੱਤੀ ਸੀ, ਕਹਿੰਦੇ ਸੀ ਜੋ ਹੁੰਦਾ ਤੇਰੇ ਤੋਂ ਕਰ ਲੈ, ਕਹਿੰਦੇ ਅਸੀਂ ਨੀ ਨਿਬੇੜਦੇ, ਕਹਿੰਦਾ ਅੱਛਾ ਅਸੀਂ ਨੀ ਨਿਬੇੜਦੇ। ਇਹ ਵਰਡਿੰਗ ਸੀ ਉਹਦੇ ਪਾਪਾ ਦੀ, ਉਹਦੇ ਘਰ ਉਹਦੇ ਫੋਨ ਜੇ ਦੁਕਾਨ ਤੇ ਕੈਮਰਾ ਲੱਗਿਆ ਹੋਇਆ ਉੱਥੇ ਦੇਖ ਲੈਣਾ। ਅੱਜ ਵਾਲੀ ਵੀਡੀਓ ਪਈ ਹੈ ਜਿਹੜਾ ਇਹਦੇ ਸੋਨਾ ਨੀ ਪਾਇਆ ਹੋਇਆ ਵੀਰੇ? ਪਈ ਹੈ ਮੇਰੇ ਕੋਲ ਫੋਨ ਚ ਪਈ ਹੈ ਜੀ। ਠੀਕ ਹੈ ਠੀਕ ਹੈ ਠੀਕ ਹੈ, ਹਾਂਜੀ ਵੀਰੇ, ਸਤਿ ਸ੍ਰੀ ਅਕਾਲ, ਮੇਰਾ ਇਨਸਾਫ ਦਵਾ ਦੋ।